ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ ਟ੍ਰੇਵੋ। ਆਸਟ੍ਰੇਲੀਆ ਟੂਰਿਸਟ ਵੀਜ਼ਾ ਦਾ ਕਿਹੜਾ ਉਹ ਬੈਸਟ ਟਾਈਮ ਰਹਿੰਦਾ ਜਦੋਂ ਵੀਜ਼ਾ ਸਭ ਤੋਂ ਜ਼ਿਆਦਾ ਇਸ਼ੂ ਹੁੰਦੇ ਨੇ, ਅਤੇ ਕਿਵੇਂ ਦਾ ਟ੍ਰੈਂਡ ਉਸ ਟਾਈਮ ਹੁੰਦਾ, ਅਤੇ ਕਿਹੜਾ ਉਹ ਟਾਈਮ ਹੈ ਜਿਸ ਟਾਈਮ ਤੁਹਾਨੂੰ ਵੀਜ਼ਾ ਜ਼ਿਆਦਾ ਅਪਲਾਈ ਕਰਨੇ ਚਾਹੀਦੇ ਆ? ਅਤੇ ਅੱਜ ਦੀ ਵੀਡੀਓ 'ਚ ਆਪਾਂ ਇਹਦੇ ਬਾਰੇ ਡਿਸਕਸ ਕਰਨ ਵਾਲੇ ਹਾਂ। ਅਤੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਇਹਦੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸਭ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਤੁਹਾਨੂੰ ਸਮਝਣਾ ਪਏਗਾ ਕਿ ਆਸਟ੍ਰੇਲੀਆ ਜਿਹੜਾ ਕੰਟੀਨੈਂਟ ਹੈ, ਜਾਂ ਨਿਊਜ਼ੀਲੈਂਡ ਦੀ ਆਪਾਂ ਗੱਲ ਕਰਦੇ ਹਾਂ, ਇਹ ਦੋਵੇਂ ਕੰਟੀਨੈਂਟ ਥੋੜ੍ਹੇ ਜਿਹੇ ਡਿਫਰੈਂਟ ਨੇ। ਇੱਥੇ ਵੈਦਰ ਥੋੜ੍ਹਾ ਡਿਫਰੈਂਟ ਹੁੰਦਾ ਦੂਜੀ ਕੰਟਰੀਜ਼ ਦੇ ਨਾਲ। ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਹੁਣ ਇਸ ਟਾਈਮ ਠੰਡ ਚੱਲ ਰਹੀ ਹੈ, ਅਤੇ ਆਸਟ੍ਰੇਲੀਆ ਦੇ ਵਿੱਚ ਕੀ ਹੈ ਕਿ ਇਸ ਟਾਈਮ ਉੱਥੇ ਸਮਰ ਸਟਾਰਟ ਹੋ ਚੁੱਕੀ ਹੈ, ਉੱਥੇ ਗਰਮੀ ਸਟਾਰਟ ਹੋ ਚੁੱਕੀ ਹੈ। ਅਤੇ ਇਸ ਕਰਕੇ ਉੱਥੇ ਜਿਹੜਾ ਟੂਰਿਜ਼ਮ ਸਟਾਰਟ ਹੁੰਦਾ ਉਹ ਨਵੰਬਰ ਦਸੰਬਰ ਤੋਂ ਲੈ ਕੇ ਅੱਗੇ ਮਾਰਚ ਅਪ੍ਰੈਲ ਤੱਕ ਚੱਲਦਾ ਹੈ, ਜਿਸ ਟਾਈਮ ਟੂਰਿਜ਼ਮ ਸਭ ਤੋਂ ਜ਼ਿਆਦਾ ਰਹਿੰਦਾ ਉੱਥੇ। ਗਰਮੀਆਂ ਹੀ ਕਿਉਂ ਸਿਲੈਕਟ ਹੁੰਦੀਆਂ? ਕਿਉਂਕਿ ਜਿਹੜੀਆਂ ਹਰੀ ਕੰਟਰੀ ਹੈ ਉਹ ਕਿਸੇ ਨਾ ਕਿਸੇ ਰੀਜ਼ਨ ਕਰਕੇ ਮਸ਼ਹੂਰ ਹੁੰਦੀ ਹੈ। ਅਤੇ ਇਹ ਜਿਹੜੀ ਕੰਟਰੀਜ਼ ਨੇ, ਭਾਵੇਂ ਨਿਊਜ਼ੀਲੈਂਡ ਦੀ ਗੱਲ ਕਰਦੇ ਹੋ, ਆਸਟ੍ਰੇਲੀਆ ਦੀ ਗੱਲ ਕਰਦੇ ਹੋ, ਜਾਂ ਫਿਰ ਯੂਰਪ ਦੇ ਵਿੱਚ ਕੁਝ ਕੰਟਰੀਜ਼ ਨੇ ਜਿਵੇਂ ਗ੍ਰੀਸ ਹੈ, ਇਟਲੀ ਹੈ, ਇਹ ਆਪਣੀ ਬੀਚਸ ਕਰਕੇ ਜ਼ਿਆਦਾ ਮਸ਼ਹੂਰ ਨੇ। ਅਤੇ ਜਿਹੜੀ ਇਹ ਲੋਕ ਟਰੈਵਲ ਕਰਦੇ ਆ ਬੀਚਸ ਕਰਕੇ, ਇਹਨਾਂ ਕੰਟਰੀਜ਼ ਟਰੈਵਲ ਕਰਨਾ ਪਸੰਦ ਕਰਦੇ ਨੇ। ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਮੈਕਸੀਮਮ ਜੋ ਟੂਰਿਸਟ ਜਾਂਦਾ ਉਹ ਸਮਰ ਦੇ ਵਿੱਚ ਜਾਂਦਾ। ਅਤੇ ਸਮਰ ਦੇ ਵਿੱਚ ਕੀ ਹੈ ਕਿ ਇਹਨਾਂ ਦੇ ਵੀ ਜਿਹੜਾ ਬਿਜ਼ਨਸ ਹੈ ਉਹ ਮੈਕਸੀਮਮ ਹੁੰਦਾ ਉਹਨਾਂ ਸ਼ਹਿਰਾਂ ਦੇ ਵਿੱਚ ਜਿੱਥੇ ਬੀਚਸ ਕਨੈਕਟਡ ਹੈਗੀਆਂ ਨੇ, ਅਤੇ ਉਹਨਾਂ ਸ਼ਹਿਰਾਂ ਦੇ ਵਿੱਚ ਟੂਰਿਸਟ ਸਭ ਤੋਂ ਜ਼ਿਆਦਾ ਹੁੰਦਾ ਜਿੱਥੇ ਬੀਚਸ ਜ਼ਿਆਦਾ ਹੁੰਦੀਆਂ ਨੇ। ਅਤੇ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਤੁਹਾਡਾ ਪਲਾਨ ਹੈ ਉੱਥੋਂ ਦਾ ਟੂਰਿਸਟ ਵੀਜ਼ਾ ਲੈਣ ਦਾ, ਤਾਂ ਤੁਹਾਡਾ ਜਿਹੜਾ ਟਾਈਮ ਸਟਾਰਟ ਹੋ ਜਾਂਦਾ ਉਹ ਇਹ ਦਸੰਬਰ ਤੋਂ ਲੈ ਕੇ ਅੱਗੇ ਆਪਣਾ ਮਾਰਚ ਅਪ੍ਰੈਲ ਤੱਕ ਚੱਲਦਾ। ਅਤੇ ਮੈਕਸੀਮਮ ਜਿਹੜੇ ਟੂਰਿਸਟ ਨੇ ਉਹ ਨਵੰਬਰ ਤੋਂ ਵੀ ਜਾਣਾ ਸਟਾਰਟ ਕਰ ਦਿੰਦੇ ਆ, ਕਿਉਂਕਿ ਵੈਦਰ ਉੱਥੇ ਚੇਂਜ ਹੋ ਚੁੱਕਿਆ ਹੁੰਦਾ। ਅਤੇ ਬਹੁਤ ਇਸ ਟਾਈਮ ਜਿਹੜੇ ਟੂਰਿਸਟ ਨੇ ਉਹ ਉੱਥੇ ਜਾ ਵੀ ਚੁੱਕੇ ਨੇ, ਅਤੇ ਦਸੰਬਰ ਹੁਣ ਥੋੜ੍ਹਾ ਪੀਕ 'ਤੇ ਰਹਿਣਾ ਨਵੇਂ ਸਾਲ 'ਤੇ, ਅਤੇ ਇਸ ਟਾਈਮ ਥੋੜ੍ਹਾ ਟੂਰਿਸਟ ਵੀਜ਼ਾ ਜਿਹੜਾ ਘੱਟ ਹੋ ਸਕਦਾ ਹੈ। ਕਿ ਜਿਹੜਾ ਦਾ ਟਰੈਵਲ ਪਲਾਨ ਜਿਹੜਾ ਨਵੇਂ ਸਾਲ ਦਾ ਜਾਂ ਫਿਰ ਕ੍ਰਿਸਮਿਸ ਦਾ ਰੱਖ ਕੇ ਰੱਖਿਆ ਹੋਇਆ, ਉਹਨਾਂ ਨੂੰ ਹੋ ਸਕਦਾ ਕਿ ਉਹਨਾਂ ਨੂੰ ਵੀਜ਼ਾ ਥੋੜ੍ਹੇ ਘੱਟ ਮਿਲਣ। ਬਟ ਐਸਾ ਨਹੀਂ ਹੈ ਕਿ ਵੀਜ਼ਾ ਨਾ ਮਿਲਣ, ਬਟ ਅੱਗੇ ਜਿਨ੍ਹਾਂ ਦਾ ਟਰੈਵਲ ਪਲਾਨ ਜਨਵਰੀ, ਫਰਵਰੀ, ਮਾਰਚ ਤੱਕ ਦਾ ਜਾਏਗਾ, ਉਹਨਾਂ ਦੇ ਰਿਜ਼ਲਟ ਜਿਹੜੇ ਨੇ ਉਹਨਾਂ ਨੂੰ ਜ਼ਿਆਦਾ ਵਧੀਆ ਦੇਖਣ ਨੂੰ ਮਿਲਣਗੇ। ਨਵੇਂ ਸਾਲ ਵਾਲਿਆਂ ਨੂੰ ਸਟਾਰਟਿੰਗ ਦੇ ਵਿੱਚ ਵੀਜ਼ਾ ਬਹੁਤ ਜ਼ਿਆਦਾ ਮਿਲਦੇ ਨੇ ਉਹਨਾਂ ਨੂੰ ਜਿਨ੍ਹਾਂ ਦਾ ਪਲਾਨ ਕ੍ਰਿਸਮਿਸ ਦਾ, ਨਵੇਂ ਸਾਲ ਦਾ ਹੁੰਦਾ। ਬਟ ਜਦੋਂ ਰਸ਼ ਬਹੁਤ ਜ਼ਿਆਦਾ ਹੋ ਜਾਂਦਾ, ਜੇ ਗੱਲ ਕਰੀਏ ਕਿ ਜਿਨ੍ਹਾਂ ਨੇ ਨਵੰਬਰ ਦੇ ਵਿੱਚ ਅਪਲਾਈ ਕੀਤਾ ਸੀਗਾ, ਜਾਂ ਫਿਰ ਜਿਨ੍ਹਾਂ ਨੇ ਦਸੰਬਰ ਦੀ ਬਿਲਕੁਲ ਸਟਾਰਟਿੰਗ ਦੇ ਵਿੱਚ ਪਹਿਲੇ ਜਾਂ ਸੈਕਿੰਡ ਥਰਡ ਤੱਕ ਜਿਨ੍ਹਾਂ ਨੇ ਅਪਲਾਈ ਕੀਤਾ, ਓਕੇ। ਬਟ ਹੁਣ ਜਿਹੜਾ ਟਰੈਵਲ ਪਲਾਨ ਹੈ ਉਹ ਉਹਨਾਂ ਦਾ ਜਨਵਰੀ, ਫਰਵਰੀ, ਮਾਰਚ 'ਚ ਹੋਣਾ ਜ਼ਰੂਰੀ ਹੈ। ਤੁਸੀਂ ਆਪਣਾ ਟਰੈਵਲ ਪਲਾਨ 3 ਮਹੀਨੇ 4 ਮਹੀਨੇ ਬਾਅਦ ਦਾ ਰੱਖ ਕੇ ਵੀਜ਼ਾ ਅਪਲਾਈ ਕਰ ਸਕਦੇ ਹੋ। ਅਤੇ ਆਸਟ੍ਰੇਲੀਆ ਦਾ ਜਿਹੜਾ ਇਸ ਟਾਈਮ ਪ੍ਰੋਸੈਸ ਟਾਈਮ ਹੈ ਉਹ ਆਲਮੋਸਟ ਜਿਹੜਾ ਹੈ ਅਪਰੋਕਸ 7 ਡੇਜ਼ ਤੋਂ ਲੈ ਕੇ 20 ਡੇਜ਼ ਦੇ ਵਿੱਚ ਵੀਜ਼ਾ ਰਿਜ਼ਲਟ ਆ ਰਹੇ ਨੇ। ਅਤੇ ਵੀਜ਼ਾ ਰਿਜ਼ਲਟ ਜਿਨ੍ਹਾਂ ਕੋਲ ਸਪੋਂਸਰ ਹੈ ਉੱਥੋਂ ਦੀ, ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਮਿਲ ਰਹੇ ਨੇ। ਜਿਨ੍ਹਾਂ ਦਾ ਟੂਰਿਸਟ ਵੀਜ਼ਾ ਹੈ ਉਹਨਾਂ ਦਾ ਮੀਡੀਅਮ ਚੱਲ ਰਿਹਾ, ਕਿਉਂਕਿ ਆਸਟ੍ਰੇਲੀਆ ਕਿਵੇਂ ਦੀ ਕੰਟਰੀ ਹੈ ਜਿੱਥੇ ਹਮੇਸ਼ਾ ਰਿਜ਼ਲਟ ਜਿਹੜੇ ਆ ਤੁਹਾਡੇ ਮੀਡੀਅਮ ਚੱਲਦੇ ਆ, ਐਵੇਂ ਨਹੀਂ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਵੀਜ਼ਾ ਇਸ਼ੂ ਹੋਣ। ਇਸ ਕਰਕੇ ਜੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਤਾਂ ਪਹਿਲਾਂ ਆਪਣੀ ਪ੍ਰੋਫਾਈਲ ਦੇਖੋ ਕਿ ਤੁਹਾਡੀ ਪ੍ਰੋਫਾਈਲ ਆਸਟ੍ਰੇਲੀਆ ਲਈ ਇਲੀਜੀਬਲ ਹੈ ਜਾਂ ਨਹੀਂ। ਜੇ ਤੁਹਾਡੀ ਪ੍ਰੋਫਾਈਲ ਆਸਟ੍ਰੇਲੀਆ ਲਈ ਇਲੀਜੀਬਲ ਹੈ ਵੇ, ਦੈਨ ਤੁਹਾਨੂੰ ਜ਼ਰੂਰ ਅਪਲਾਈ ਕਰ ਲੈਣਾ ਚਾਹੀਦਾ। ਜੇ ਨਹੀਂ ਹੈ ਇਲੀਜੀਬਲ ਹੈਗੇ, ਦੈਨ ਤੁਸੀਂ ਵੇਟ ਕਰੋ, ਆਪਣੀ ਪ੍ਰੋਫਾਈਲ ਨੂੰ ਹੋਰ ਸਟਰੋਂਗ ਕਰੋ, ਦੈਨ ਅਪਲਾਈ ਕਰੋ। ਅਤੇ ਆਸਟ੍ਰੇਲੀਆ ਦਾ ਜਿਹੜਾ ਟ੍ਰੈਂਡ ਹੈ ਉਹ ਇਸ ਟਾਈਮ 3-4 ਮਹੀਨੇ ਤੁਹਾਨੂੰ ਬਹੁਤ ਬੈਸਟ ਦੇਖਣ ਨੂੰ ਮਿਲੇਗਾ। ਐਸਾ ਨਹੀਂ ਕਿ ਉਸ ਤੋਂ ਬਾਅਦ ਟੂਰਿਸਟ ਵੀਜ਼ਾ ਬੰਦ ਹੋ ਜਾਣੇ ਆ, ਉਸ ਤੋਂ ਬਾਅਦ ਵੀ ਟੂਰਿਸਟ ਵੀਜ਼ਾ ਚੱਲਦੇ ਰਹਿਣੇ ਆ। ਤਾਂ ਕਿਉਂਕਿ ਕਈ ਵਾਰ ਗਲਤਫਹਿਮੀ ਇਹ ਹੁੰਦੀ ਹੈ ਕਿ ਹੁਣ ਹੀ ਇੱਕ ਟਾਈਮ ਹੈ ਵੀਜ਼ਾ ਅਪਲਾਈ ਕਰਨ ਦਾ, ਬਟ ਪ੍ਰੋਫਾਈਲ ਵਧੀਆ ਨਹੀਂ ਹੈ ਫਿਰ ਵੀ ਲਾ ਦਿਉ, ਐਵੇਂ ਨਹੀਂ। ਹੁਣ ਸਿਰਫ ਤਾਂ ਲਾਓ ਜੇ ਤੁਹਾਡੀ ਪ੍ਰੋਫਾਈਲ ਵਧੀਆ, ਜੇ ਵਧੀਆ ਨਹੀਂ ਹੈ ਤਾਂ ਵੇਟ ਕਰੋ 3-4-6 ਮਹੀਨੇ, ਦੈਨ ਤੁਸੀਂ ਅਪਲਾਈ ਕਰ ਲਿਓ। ਤੁਹਾਨੂੰ ਵੀਜ਼ਾ ਫਿਰ ਵੀ ਵਿੰਟਰ ਵਿੱਚ ਵੀ ਮਿਲ ਸਕਦਾ, ਕਿਉਂਕਿ ਬਹੁਤ ਟੂਰਿਸਟ ਵਿੰਟਰ ਵਿੱਚ ਵੀ ਟਰੈਵਲ ਕਰਨਾ ਪਸੰਦ ਕਰਦਾ। ਉਸ ਟਾਈਮ ਇੰਡੀਆ ਦੇ ਵਿੱਚ ਗਰਮੀ ਹੁੰਦੀ ਨੇ, ਜਿਵੇਂ ਜੂਨ ਦੀ ਗੱਲ ਕਰੀਏ ਜਾਂ ਜੁਲਾਈ ਦੀ ਗੱਲ ਕਰੀਏ, ਤਾਂ ਲੋਕ ਅਬਰੋਡ ਜਾਂਦੇ ਨੇ ਟਰੈਵਲ ਕਰਨ, ਅਤੇ ਉਸ ਟਾਈਮ ਸਪੈਸ਼ਲੀ ਐਵੇਂ ਦੀ ਕੰਟਰੀ ਚੂਜ਼ ਕਰਦੇ ਆ ਜਿਨ੍ਹਾਂ ਦੇ ਵਿੱਚ ਵੀਜ਼ਾ ਰਿਜ਼ਲਟ ਥੋੜ੍ਹਾ ਵਧੀਆ, ਅਤੇ ਉਸ ਟਾਈਮ ਆਸਟ੍ਰੇਲੀਆ ਇੱਕ ਵਧੀਆ ਡੈਸਟੀਨੇਸ਼ਨ ਉਸ ਟਾਈਮ ਵੀ ਹੋ ਸਕਦੀ ਹੈ। ਅਤੇ ਜੇ ਇਸ ਟਾਈਮ ਪ੍ਰੋਸੈਸ ਤੁਹਾਨੂੰ ਦੱਸਿਆ ਕਿ 7 ਡੇਜ਼ ਤੋਂ 20 ਡੇਜ਼ ਦੇ ਵਿੱਚ ਆ ਰਿਹਾ, ਰਿਜ਼ਲਟ ਵਧੀਆ ਨੇ, ਬਟ ਪ੍ਰੋਫਾਈਲ ਜਿਨ੍ਹਾਂ ਦੀ ਇਲੀਜੀਬਲ ਹੈ ਉਹਨਾਂ ਨੂੰ ਹੀ ਵੀਜ਼ਾ ਮਿਲ ਰਿਹਾ। ਅਤੇ ਦੂਜੀ ਗੱਲ, ਟਾਈਮ ਵੀ ਬੈਸਟ ਹੈ, ਕਿਉਂਕਿ ਇਹ ਜਿਹੜਾ ਹੁਣ ਟਾਈਮ ਰਹਿਣਾ ਹੈ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, 4 ਮਹੀਨੇ ਜਿਨ੍ਹਾਂ ਦਾ ਟਰੈਵਲ ਪਲਾਨ ਇੰਨਾ ਟਾਈਮ ਦੇ ਵਿੱਚ ਹੋਣਾ, ਉਹਨਾਂ ਨੂੰ ਵੀਜ਼ਾ ਰਿਜ਼ਲਟ ਜ਼ਿਆਦਾ ਵਧੀਆ ਦੇਖਣ ਨੂੰ ਮਿਲਣਗੇ। ਅਤੇ ਇਹ ਸੀ ਅਪਡੇਟ ਆਸਟ੍ਰੇਲੀਆ ਦੀ। ਅਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਿਲਦੇ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।